ਤੁਸੀਂ ਕੋਈ ਇੰਤਜ਼ਾਮ ਕਰੋ ਸਹੀ ਨਾ ਦਾ ਜਿਹੜੀ ਜਿਹੜਾ ਗਰਮੀ ਦੇ ਜਿਹੜਾ ਪਾਲੇ ਦਾ ਹਾਲ ਸੀ ਮੈਂ ਕੋ ਨਹੀਂ ਲੱਗਦਾ ਕਿ ਚਾਚਾ ਆਵੇ ਨਾ ਨਾ ਨਨਕਾ ਨਨਕਾ ਇਤਾ ਜਿਹੜੀ ਲੋਰੀ ਚਲੀ ਕਿਣੀ ਨਾ ਸਹੀ ਮੈਂ ਰੀਡੀ ਕਣਾ ਮੈਂ ਕੋ ਨਹੀਂ ਲੱਗਦਾ ਚਾਚਾ ਰਾਤ ਕੱਢੇ ਜੀ ਦਾਦਾ ਤੇ ਸਰਦੀਆਂ ਬਾਂਦੀਆਂ ਗਰਮੀਆਂ ਚਾਚਾ ਕੋ ਦੇਖੋ ਮਰੀ ਖੁੱਲਾ ਫਿਰਦਾ ਹਾਂ ਮਾਸ਼ਾਅੱਲਾ ਚਾਚਾ ਮਾਸ਼ਾਅੱਲਾ ਅਸਲਾਮੁਅਲੈਕੁਮ ਦੋਸਤੋ ਕੀ ਹਾਲ ਹਾਲ ਹੈ ਠੀਕ ਹੋ ਖੁਸ਼ੋ ਖੁਰਮ ਹੋ ਉਮੀਦ ਕਰਨਾ ਕਿ ਤੁਸੀਂ ਸਾਰੇ ਦੋਸਤ ਖੁਸ਼ੋ ਖੁਰਮ ਹੋਸੋ ਅਸਾਂ ਅੱਜ ਵਹਿੰਦੇ ਪਏ ਹਾਂ ਮਰੀ ਤੇ ਤੁਹਾਨੂੰ ਦਿਖਾਉਂਦੇ ਹਾਂ ਮਰੀ ਦੀ ਖੂਬਸੂਰਤੀ ਉੱਚੇ ਉੱਚੇ ਪਹਾੜ ਜੇ ਦਰਖਤ ਤੇ ਸਰਸਬਜ਼ੋ ਸ਼ਾਦਾਬ ਵਾਦੀ ਤੇ ਨਾਲ ਜਿੰਨੇ ਛੋਟੇ ਮੋਟੇ ਮੁਲਹਿਕਾ ਇਲਾਕਾ ਹੈ ਇਲਾਕੇ ਹਨ ਸਪੈਸ਼ਲੀ ਜਿਵੇਂ ਪਥਰਿਆਟਾ ਯੂਬੀ ਹੈ ਨਥਿਆ ਗਲੀ ਹੈ ਤਾਂ ਇਨਸ਼ਾ ਅੱਲਾ ਤੁਹਾਨੂੰ ਦੋਸਤਾਂ ਸਾਰਿਆਂ ਕੋਲ ਘੁੰਮੇ ਸੂੰ ਅਸਾਂ ਇਵੇਂ ਲਈ ਕਸ਼ਮੀਰ ਹਾਈਵੇ ਤੇ ਹੈ ਔਰ ਅਸਾਂ ਸਿੱਧੇ ਵਹਿੰਦੇ ਪਏ ਹਾਂ ਮਰੀ ਸਾਰਾ ਅਹਿਵਾਲ ਲਿਖੇਸੂੰ ਕਿ ਮਰੀ ਦੇ ਕਿਵੇਂ ਖੂਬਸੂਰਤ ਪਹਾੜ ਹਨ ਕਿਵੇਂ ਰੌਣਕ ਹਨ ਮਰੀ ਰਹਿ ਗਏ 43 ਕਿਲੋਮੀਟਰ ਸਿਰਫ ਦੇਖੋ ਯਾਰ ਨਜ਼ਾਰਾ ਅੱਲਾਹ ਪਾਕ ਦੀ ਕੁਦਰਤ ਦੇਖੋ ਯਾਰ ਪਿੱਛਾ ਡਿੱਠੇ ਸੀ ਤੋ ਖੁਸ਼ ਪਹਾੜ ਹੈ ਇਹਨਾਂ ਪਹਾੜਾਂ ਕੋ ਦੇਖ ਸੋਹਣੇ ਸੋਹਣੇ ਪਹਾੜ ਖੂਬਸੂਰਤ ਜਿਹਾ ਮਾਹੌਲ ਮਰੀ ਦੇਖੋ ਸੀ ਕਿਆ ਖੂਬਸੂਰਤ ਮਨਾਜ਼ਰ ਹਨ ਸਹੀ ਦੇਖੋ ਸੋਹਣੇ ਸੋਹਣੇ ਘਰ ਪਹਾੜਾਂ ਦੇ ਦਾਮਨ ਦੇ ਨਾਲ ਦੇਖੋ ਤੁਹਾਨੂੰ ਕੋਈ ਜਾ ਵਿੱਚੋਂ ਖਾਲੀ ਨਜ਼ਰ ਨਾ ਸੀ ਹਰ ਪਾਸੇ ਸਭ ਨਜ਼ਾਰਾ ਦਿਖਾਇਆ ਸੀ ਬੇਹਤਰੀਨ ਨਜ਼ਾਰਾ ਸੀ ਗੱਡੀਆਂ ਛੱਡੀਆਂ ਪਾਰਕਿੰਗ ਵਿੱਚ ਲੱਗ ਗਈਆਂ ਇਹ ਜੀ ਪੀ ਓ ਚੌਕ ਮਰੀਏ ਸਿੰਘ ਦੋਸਤੋ ਇਹ ਦੇਖੋ ਸਹੀ ਇਹ ਪਾਕਿਸਤਾਨ ਦਾ ਆਪਣਾ ਨਿਜ਼ਾਮ ਹੈ ਇੱਥੋਂ ਲੋਕ ਬੈਠੇ ਨੇ ਇੰਜੋਏ ਕਰਦੇ ਸਾਹਮਣੇ ਮਾਲ ਰੋਡ ਤੋਂ ਨਜ਼ਰ ਆਉਂਦਾ ਪਿਆ ਅਸਾਂ ਪਹੁੰਚ ਗਏ ਖੈਰ ਨਾਲ ਮਰੀ ਇਹ ਮਰੀ ਦਾ ਜੀ ਪੀ ਓ ਚੌਕ ਅਤੇ ਸਾਡੇ ਦੋਸਤ ਗੁਲਾਮ ਫਰੀਦ ਕੋਲ ਲੱਗ ਗਈ ਹੈ ਸਰਦੀ ਹੁਣੇ ਨਾਲ ਗਿੱਧੀ ਸਲੂਕਾਰ ਮਿਲੇ ਬਾਕੀ ਜ਼ਬਰਦਸਤ ਮਾਹੌਲ ਹੈ ਮਰੀ ਦਾ ਮੌਸਮ ਬਹੁਤ ਜ਼ਬਰਦਸਤ ਹੈ ਇੰਜੋਏ ਕਰਦੇ ਪਏ ਨਹੀਂ ਬੈਠ ਰਹੀ ਵੈਲਕਮ ਟੂ ਮਰੀ ਐ ਲਵ ਮਰੀ ਤਾਂ ਇਹ ਮਰੀ ਦੇ ਅਸਾਂ ਹੁਣ ਕੈਂਟਲ ਏਰੀਏ ਦੇ ਵਿੱਚ ਆਏ ਵੇ ਸੀ ਲਵ ਮਰੀ ਸਹੀ ਜ਼ਬਰਦਸਤ ਸਹੀ ਹਾਲ ਹੈ ਬਾਈ ਜੀ ਠੀਕ ਠਾਕ ਆਪ ਬਤਾਏ ਅੱਲਾਹ ਕਾ ਸ਼ੁਕਰ ਹੈ ਕਹਾਂ ਸੇ ਆਏ ਹੋਏ ਹੈ ਬਾਈ ਲਾਹੌਰ ਸੇ ਅੱਛਾ ਕਬ ਕੇ ਆਏ ਹੋਏ ਹੈ ਇਤਵਾਰ ਕੇ ਇਤਵਾਰ ਕੇ ਜੀ ਜੀ ਇੰਜੋਏ ਕਰ ਰਹੇ ਜੀ ਮਜ਼ਾਰ ਹੈ ਅਲਹਮਦੁਲਿਲਾ ਚਲੋ ਮੈਂ ਲਈ ਅਸੀਂ ਹੂੰ ਤੋ ਇਨਸ਼ਾ ਅੱਲਾਹ ਹਮਾਰਾ ਵਲੌਗ ਦੇਖੀਏਗਾ ਆਪਕੋ ਬਹੁਤ ਮਜ਼ਾ ਆਏਗਾ ਠੀਕ ਹੈ ਵਾਈਲਡ ਲਾਈਫ ਵਾਲਾ ਨਾ ਕਿੰਨਾ ਖੂਬਸੂਰਤ ਜੀ ਉਹਨਾਂ ਨੇ ਇੱਕ ਤਸਵੀਰ ਬਣਾਈ ਹੈ ਮਾਰਖੋਰ ਦੀ ਲੱਗਦੀ ਹੈ ਜਾਂ ਹਿਰਨ ਦੀ ਲੱਗਦੀ ਹੈ ਏਰੀਏ ਦੇ ਵਿੱਚ ਵਧੇ ਅਸੀਂ ਬੜਾ ਜ਼ਬਰਦਸਤ ਮਾਹੌਲ ਹੈ ਮਰੀ ਦਾ ਉੱਪਰ ਦੇਖੋ ਕਿ ਕਿਤਨੇ ਖੂਬਸੂਰਤ ਪਹਾੜ ਨੂੰ ਉੱਤੇ ਸਾਰਾ ਆਰਮੀ ਦਾ ਕੈਂਟ ਸੀ ਮਾਲ ਰੋਡ ਕਿਆ ਖੂਬਸੂਰਤ ਉਹਨੇ ਬਣਾਇਆ ਹੋਇਆ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਜੀ ਉੱਪਰ ਸਾਰਾ ਕੈਂਟ ਚੀਕਾ ਚਿਨੂ ਕਿਆ ਖੂਬਸੂਰਤ ਕਿਸਮ ਦੇ ਨਜ਼ਾਰੇ ਸੀ ਅਤੇ ਮਰੀ ਦੇ ਤਾਂ ਕਿਉਂਕਿ ਇਹ ਦਰਖਤਾਂ ਦੀ ਕਿਆ ਹੀ ਵਜ੍ਹਾ ਲੱਗ ਕੇ ਇਹ ਬਜ਼ੁਰਗ ਲੋਕਾਂ ਵਾਸਤੇ ਉਹਨਾਂ ਨੇ ਬਣਾਈ ਹੋਈ ਰੇੜੀ ਇਹ ਮਜ਼ਦੂਰੀ ਕਰਨ ਦਿਨ ਇਹ ਛੋਟੇ ਛੋਟੇ ਦੇਖੋ ਬਾਲ ਦੇ ਨਿੱਕੇ ਨਿੱਕੇ ਬਾਲ ਇਹ ਮਰੀ ਮਾਲ ਰਵੜੇ ਸੀ
देखो कि बिल्कुल ही अजकल रश को नहीं क्योंकि ऑफ सीजन है तो माल रोड के उ नज़ारे हैं सही कि लोग अपनी फैमिली के नाल भी आए हुए हाँ ये सारे सही पाक आर्मी के मेजर राजा अजीज भट्टी सही तो मेजर तो फैल दे दस लगी थी। अस्सलामुअलैकुम चाचा। क्या हाल है चाचा? ठीक बताए। तू कितों आया हुआ तई? जिला मुजफ्फरगढ़ एहसानपुर दई डाकखाना एहसानपुर। अच्छा तू भी तो सैल करने आया हुआ? बिल्कुल सैल। चाचा तेरे को पाला नहीं लगता? पाला नहीं लगता यार काबू है दानी माशाल्लाह। तेरे को मरी दी केश भांदी है? ओए बड़ी शाय बड़ी हर शाय खूबसूरत है यार। हर शाय खूबसूरत है, लोग खूबसूरत हैं, जहां खूबसूरत है मौसम खूबसूरत है। बिल्कुल। अच्छा ये निका जड़ा बाल है ये देखो केश भी जन बदे पहाड़ क्या मनाजर मरी दे दरख्त देखो सही बड़े खूबसूरत जे दरख्त हैं। देखो कि ये सर्दी को बर्दाश्त करें दें गर्मी को भी बर्दाश्त करें दें आइडेंटिटी बेशक सही पाकिस्तान सारी पहचान है सही ये पाक आर्मी वाले ने अपने इनके सामने लाया है पाकिस्तान इज माई आइडेंटिटी। ठीक है सही बाला ना पार्क है सही इंजॉय करने पे देखो सही है सीन चला रहे चढ़वन भी चढ़ क्या नजार है मरीद सी खूबसूरत ना देखो माशाल्लाह पाक आर्मी दे खूबसूरत तरीन जो है बने हुए हैं बैरक टैप और जो सेफ्टी सिक्योरिटी वास्ते जबरदस्त खूबसूरत मरी माल रोड कैंट एरिया ਦੇ ਵਿੱਚ ਵਧੇ ਹਾਂ ਸੀ ਤਾਈ ਖੂਬਸੂਰਤ ਇਲਾਕਾ ਸੀ ਹਲੇ ਸਹੀ ਨਹੀਂ ਹਾਂ ਸ਼ੁਕਰ ਅਲਹਮਦੁਲਿਲਾ ਕੀ ਨਾਮ ਹੈ ਤੁਹਾਡਾ ਮੁਹੰਮਦ ਸਲੀਮ ਤੁਸੀਂ ਅਹਿਸਾਨਪੁਰ ਤੋਂ ਆਏ ਹੋ ਜ਼ਰੂਰ ਆਏ ਮਰੀ ਕੋਈ ਜਹ ਕਰਨੇ ਪਏ ਘੁੰਮਦੇ ਪਏ ਫੁੱਲ ਨਹੀਂ ਇਹਦਾ ਜੋ ਪਲ ਹੈ ਪਲ ਹੈ ਤੂੰ ਚਾਚੇ ਕੋ ਨਾਲ ਲਈ ਵਦੇ ਹਾਂ ਪਲ ਹੈ ਜਵਾਨੇ ਕੋ ਪਲ ਕੁਝ ਨਹੀਂ ਆਦਾ ਖੈਰ ਹੋਵੇ ਤੇਰੀ 2005 ਚ ਸਾਇਆ ਸੀ ਤੇ ਮਰੀ ਅੱਛਾ ਸਾਰੇ ਇਕੱਠੇ ਅੰਡੂ ਤਰਾ ਡੇਢੀ ਵਾਲੇ ਜਵਾਨ ਅੱਛਾ ਮਾਲ ਰੋਡ ਤੇ ਜਿਹੜੇ ਮਾਣੇ ਗੇਨ ਕੇ ਆਇਆ ਤਾਂ ਤੇ ਚੋਰੀ ਆ ਜਾ ਰਹੇ ਚਿੜੀਆ ਘਰੇ ਨਵੇਂ ਜਾਨਵਰ ਆ ਗਏ ਵਾਲੇਕੁਮ ਸਾਹਿਬ ਕੀ ਹਾਲ ਹੈ ਭਾਈ ਠੀਕ ਠਾਕ ਕਹਾਂ ਸੇ ਆਏ ਹੋ ਮੁਜ਼ਫਰਬਾਦ ਮੁਜ਼ਫਰਬਾਦ ਸੇ ਮੁਜ਼ਫਰਬਾਦ ਯਹਾਂ ਸੇ ਕਿਤਨਾ ਦੂਰ ਹੈ 3 ਘੰਟੇ ਦਾ ਸਫ਼ਰ ਹੈ 3 ਘੰਟੇ ਦਾ ਸਫ਼ਰ ਹੈ ਮੁਜ਼ਫਰਬਾਦ ਅੱਛੀ ਜਗ੍ਹਾ ਹੈ ਮਰੀ ਅੱਛੀ ਜਗ੍ਹਾ ਹੈ ज़्यादा अच्छा लगता है आपका घर है ना इसलिए चलो बहुत शुक्रिया थैंक यू वेरी मच हाल है भूखे बदला ਉਨੇ 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 ਕਾਦੇ ਮੈਂ ਚਰਸੀ ਟਿੱਕਾ ਚਰ ਗਏ ਮਰੇ ਦਾ ਆਖਣ ਲੱਗਾ ਮੈਂ ਰੋਟ ਇਹ ਖਵੇ ਦਾ ਨਹੀਂ ਆ ਪੈਸੇ ਵੀ ਬਸ ਵੇ ਆ ਕਾ ਕੂੜ ਤੇ ਰੱਖੀ ਵਦੀ ਲਈ ਆ ਤੁਸੀਂ ਉਹਨਾਂ ਨੇ ਮਾਊਂਟੇਨ ਥਰੂ ਹਿਸਟਰੀ ਦੇਖੋ ਮਰੀ ਹਿਲ ਥਰੂ ਹਿਸਟਰੀ ਇਹ 2000 ਤੋਂ ਗਿਨ ਕੇ 2021 ਤੱਕ ਦੀਆਂ ਉਹਨਾਂ ਨੇ ਪਿਕ ਲਈਆਂ ਹੋਈਆਂ ਇਹ 1947 ਤੋਂ ਗਿਨ ਕੇ 2000 ਤੱਕ ਦੀਆਂ ਲਈ ਹੋਈ ਇਨਸੀ ਇਹ ਸੀ 1947 ਤੋਂ 1953 ਤੱਕ ਇਹਨਾਂ ਨੇ ਲਈ ਹੋਈ ਤਸਵੀਰਾਂ ਇਹ ਵੀ ਕਬਲ ਦੀ ਦਿਨ ਸੀ ਇਹ ਜਿਹੜਾ ਸਦਾ ਵਿਰਸਾ ਹੈ ਆ ਕੋਈ ਇੰਤਜ਼ਾਮ ਕਰੋ ਸਹੀ ਇਹਨਾਂ ਦਾ ਜਿਹੜੀ ਜਿਹੜਾ ਗਰਮੀ ਦੇ ਜਿਹੜਾ ਪਾਲੇ ਦਾ ਹਾਲ ਸੀ ਮੈਨੂੰ ਕੋਈ ਨਹੀਂ ਲੱਗਦਾ ਕਿ ਚਾਚਾ ਆਵੇ ਨਾ ਨਾ ਸਾਨੂੰ ਕਾ ਮਿਲਕਾ ਇਤਾਂ ਜਿਹੜੀ ਲੋਰੀ ਚੱਲੀ ਗਣੀ ਨਾ ਸਹੀ ਮੈਂ ਰੀਡੀ ਕਣਾ ਮੈਨੂੰ ਨਹੀਂ ਲੱਗਦਾ ਚਾਚਾ ਰਾਤ ਕੱਢੇ ਇਹ ਮੰਜ਼ਰ ਇਨ ਸਹੀ ਚਰਸੀ ਟਿੱਕਾ ਦੇ ਜ਼ਰੂਰ ਤੇ ਉੱਪਰ ਉਹ ਕੋਸੀਸ਼ਨ ਵਾਰੀ ਖੜੀ ਹੈ ਸਹੀ ਆਹ ਹਾ 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 ਚਾਸ ਨਹੀਂ ਆਦੀ ਪਈ ਲੋ ਸ਼ੇ ਲੋ ਖੈਰ ਕਰੇ ਸਜਣੋ ਇਕੱਠੇ ਆਏ ਜ਼ਰੂਰ ਇਕੱਠੇ ਰਹਿਣਾ ਤੇ ਬਸ ਸਾਹ ਚੜਾ ਉਹਦੇ ਹੁਣ ਥੋੜੇ ਜਿਹਾ ਪਾਣੀ ਚੜਦੇ ਉਹਦੇ ਯਾਰ ਤੇ ਕੋ ਸਾਹ ਨਹੀਂ ਚੜਦਾ ਪਾਲੇ ਨਹੀਂ ਵੀ
ਮਾਰ ਕਰੀ ਨਹੀਂ ਪੂਰਾ ਕਰੀ ਨਹੀਂ।